ਭਰਾ ਛੋਟਾ, ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਬਲ ਮਿਲਣਾ ਤੇ ਸੇਵਕ ਜੀ ਦੇ ਆਉਣ ਨਾਲ ਵੀ ਸਾਨੂੰ ਬਲ ਮਿਲਣਾ। ਮੈਂ ਇਹਨਾਂ ਨੂੰ ਆਪਦੀ ਪਾਰਟੀ ਚ ਸ਼ਾਮਲ ਹੋਣ ਵਾਸਤੇ ਜੀ ਆਇਆ ਕਹਿੰਦੇ ਔਰ ਇਹਨਾਂ ਦਾ ਸਵਾਗਤ ਕਰਦਾ ਔਰ ਇਹਨਾਂ ਨੂੰ ਇਹ ਯਕੀਨ ਦਵਾਉਣਾ ਚਾਹੁੰਦਾ ਕਿ ਰਾਜਾ ਵੜਿੰਗ ਅੰਗਰੇਜ਼ ਸਿੰਘ ਜੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਔਰ ਜਿੱਥੇ ਤੁਸੀਂ ਕਦੇ ਹੁਕਮ ਲਾਓਗੇ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਰਹਾਂਗੇ, ਤਿਆਰ ਕਦੇ ਸਾਨੂੰ ਤੁਹਾਡੀ ਲੋੜ ਹੋਈ ਤਾਂ ਤੁਸੀਂ ਤੁਹਾਨੂੰ ਪਰਿਵਾਰਕ ਮੈਂਬਰ ਬਣਾ ਕੇ ਰੱਖਾਂਗੇ। ਔਰ ਅਕਾਲੀ ਦਲ ਚ ਇੰਨੇ ਸਾਲ ਰਹੇ ਹੋ, ਪਹਿਲੇ ਦੋ ਤਿੰਨ ਸਾਲਾਂ ਚ ਹੀ ਨਜ਼ਾਰੇ ਲਿਆ ਦਾਂਗੇ, ਤੁਸੀਂ ਆਖੋਗੇ ਯਾਰ ਮੇਰੇ ਤੋਂ ਗਲਤੀ ਹੋ ਗਈ, ਇੰਨੇ ਸਾਲ ਅਕਾਲੀ ਦਲ ਚ ਲੱਗਿਆ ਰਿਹਾ, ਇੰਨਾ ਤੁਹਾਨੂੰ ਪਿਆਰ ਕਰਾਂਗੇ। ਸੋ ਦੂਜੀ ਗੱਲ ਬਾਈ, ਮੈਂ ਬੇਨਤੀ ਕਰਦਾ ਮਾਵਾਂ ਤੇ ਭੈਣਾਂ ਨੂੰ, ਪਹਿਲੀ ਵਾਰੀ ਇੱਕ ਔਰਤ ਖੜੀ ਹੈ 78 ਸਾਲਾਂ ਬਾਅਦ। ਬੀਬੀਆਂ ਦਾ ਫਰਜ਼ ਬਣਦਾ ਕਿ ਔਰਤ ਦੀ ਔਰਤ ਜ਼ਰੂਰ ਮਦਦ ਕਰੇ। ਕੱਲ ਨੂੰ ਜਦੋਂ ਮੇਰੀ ਘਰ ਵਾਲੀ ਜਿੱਤ ਗਈ, ਉਹ ਤੁਹਾਡੀ ਸੇਵਾ ਚ ਜਦੋਂ ਮਰਜ਼ੀ ਉਹਦੇ ਨਾਲ ਬਾਹ ਫੜ ਕੇ ਗੱਲਾਂ ਕਰ ਸਕਦੀ ਹੈ, ਹਰ ਕਿਸਮ ਦੀ ਗੱਲ ਕੀਤੀ ਜਾ ਸਕਦੀ ਹੈ। ਦੂਜੀ ਇਹ ਜਿਹੜੀਆਂ ਪਾਰਟੀਆਂ, ਬੀਜੇਪੀ ਪਾਰਟੀ ਹੋਈ, ਇਹ ਆਮ ਆਦਮੀ ਪਾਰਟੀ ਹੈ, ਇਹਨਾਂ ਨਾਲੋਂ 100 ਗੁਣੇ ਚੰਗੀ ਕਾਂਗਰਸ ਪਾਰਟੀ ਹੈ। ਗਰੀਬਾਂ ਦੀ ਪਾਰਟੀ ਕਾਂਗਰਸ ਹੈ। ਮੈਂ ਉਦਾਹਰਣ ਦਿੰਦਾ ਛੋਟੀ ਜੀ, ਹੁਣ ਇੱਥੇ ਆਉਂਦੇ ਆ ਬੀਜੇਪੀ ਵਾਲੇ, ਉਹ ਪਿਛਲੀ ਵਾਰੀ ਬੰਦਾ ਝਾੜੂ ਚ ਸੀਗਾ, ਹੁਣ ਐਤਕੀ ਬੀਜੇਪੀ ਚ ਹੋ ਗਿਆ, ਤੇ ਜਿਹੜਾ ਮੁੰਡਾ ਬੀਜੇਪੀ ਚੋਂ ਚੋਣ ਲੜ ਰਿਹਾ ਹੈ ਬਾਦਲ, ਉਹ 4 ਵਾਰ ਪਹਿਲਾਂ ਇੱਥੋਂ ਜਿੱਤਿਆ ਲਗਾਤਾਰ 20 ਸਾਲ। ਕਿੰਨੇ ਸਾਲ? ਉਹ ਲੋਕਾਂ ਨੂੰ ਕਹਿੰਦਾ ਫਿਰਦਾ ਮੈਂ ਨੌਕਰੀਆਂ ਲਵਾ ਦੂੰਗਾ, ਫਲਾਂ ਕਰ ਦੂੰ, ਫਲਾਂ ਕਰ ਦੂੰ, ਮੈਂ ਫਲਾਂ ਕਰ ਦੂੰ। ਕਦੇ ਉਹਨਾਂ ਨੂੰ ਸਵਾਲ ਵੀ ਕਰਿਆ ਕਰੋ ਤੁਸੀਂ ਗਰੀਬ ਲੋਕ ਵੀ, ਬਾਈ ਤੂੰ ਇੱਥੇ ਕਿੰਨੇ ਸਾਲ ਲਗਾਤਾਰ ਜਿੱਤਿਆ? ਉਹ ਕਹੂਗਾ 20 ਸਾਲ। ਸੱਖ ਕੀ ਰਿਹਾ ਬਾਈ ਖਜ਼ਾਨਾ ਮੰਤਰੀ, ਸਾਨੂੰ 20 ਸਾਲਾਂ ਚ ਤਾਂ ਦੱਸ ਵੀ ਤੂੰ ਕਿੰਨੇ ਮੁੰਡੇ ਲਵਾਏ ਸਾਡੇ ਪੁੱਟੀ ਵਾਲੇ ਤੇ, ਵਿਖਾ ਹੀ ਦੇ। ਤੇ ਜੇ ਉਹ ਵਿਖਾ ਦੇ ਤੁਹਾਨੂੰ ਮੁੰਡੇ ਤਾਂ ਯਕੀਨ ਕਰ ਲਓ ਵੀ ਇਹਨੇ ਲਾਏ ਹੈ। ਤੇ ਜੇ ਤੁਹਾਨੂੰ ਵਿਖਾਇਆ ਹੀ ਨੀ ਉਹਨੇ ਕੁਛ, ਤੇ ਤੁਸੀਂ ਤਾੜੀਆਂ ਮਾਰੀ ਜਾਂਦੇ ਹੋ ਵੀ ਮੁੰਡੇ ਲਾਊਗਾ, ਕਾਹਦੇ ਨਾਲ ਲਾਊਗਾ, ਫਿਰ ਤਾਂ ਤੁਸੀਂ ਆਪਾਂ ਨੂੰ ਬੇਵਕੂਫ ਬਣਾਈ ਜਾਂਦਾ ਤੇ ਆਪਾਂ ਬਣੀ ਜਾਂਦੇ ਹਾਂ। ਅਗਲੇ ਨੂੰ ਕਹਿ 20 ਸਾਲ ਜਦੋਂ ਮੰਤਰੀ ਰਿਹਾ ਸਾਨੂੰ ਦੱਸ ਬਾਈ ਤੂੰ 20 ਸਾਲਾਂ ਚ ਕਿੰਨੇ ਕੋਠੇ ਪਾਏ, ਕਿੰਨੇ ਤੂੰ ਕਮਰੇ ਲਵਾਏ ਬਣਾਏ, ਕਿੰਨਿਆਂ ਨੂੰ ਨੌਕਰੀ। ਜੇ ਉਹ ਗਣਾ ਦੇ ਕੋਈ 10 ਕਮਰੇ ਫਿਰ ਤਾਂ ਯਕੀਨ ਕਰਿਓ, ਤੇ ਜੇ ਕਮਰੇ ਵੀ ਨੀ ਕੋਈ ਗਣਾਉਂਦਾ ਤੇ ਨੌਕਰੀ ਲੱਗਿਆ ਵੀ ਨੀ ਕੋਈ ਗਣਾਉਂਦਾ, ਫਿਰ ਠੱਗ ਹੈ। ਇਹ ਜਿਹੜੇ ਤੁਸੀਂ ਲੋਕ ਕਈ ਵਾਰੀ ਕਹਿੰਦੇ ਮੋਦੀ ਨੇ ਕੁਝ ਕਰਨਾ, ਇੱਕ ਗੱਲ ਸਮਝੋ, ਆਪਣੇ ਬੰਦਿਆਂ ਨੂੰ ਥੋੜੀ ਜਿਹੀ ਸਮਝ, ਘੱਟ ਸੋਚਦੇ ਹੈ। 19 ਸਾਲ ਹੋ ਗਏ ਨਰੇਗਾ ਮਿਲੀ ਨੂੰ, ਇਹ ਤਾਂ ਤੁਹਾਨੂੰ ਪੱਕਾ ਪਤਾ ਵੀ ਕਾਂਗਰਸ ਨੇ ਦਿੱਤੀ ਸੀ। 19 ਸਾਲਾਂ ਚ ਤੁਹਾਡੀ ਦਿਹਾੜੀ ਮੋਦੀ ਨੇ 1 ਰੁਪਿਆ ਨੀ ਵਧਾਈ, ਤੇ ਸਿਲੰਡਰ ਵਧਾਤਾ 350 ਤੋਂ 1150, ਸਿਉਣਾ ਵਧਾਤਾ 17,000 ਕੋਲੇ ਤੋਂ 80,000 ਰੁਪਏ, ਨਹੀਂ ਤੇ ਦਿਹਾੜੀ ਵੇਲੇ ਉਹਦੇ ਸੱਪ ਸੁੰਘ ਗਿਆ ਜਿਹਨੇ ਤੁਹਾਡੀ ਦਿਹਾੜੀ ਨੀ ਵਧਾਈ। ਗਰੀਬ ਦਾ ਮੁੰਡਾ ਫੌਜਾਂ ਚ ਭਰਤੀ ਹੁੰਦਾ ਸੀ, ਉਹ 4 ਸਾਲਾਂ ਹੀ ਕਰਤਾ ਕੰਮ, 4 ਸਾਲਾਂ ਨੂੰ ਘਰੇ ਭੇਜ ਦਿੰਦੇ ਆ, ਤੇ ਉਹਦੇ ਤੋਂ ਕੀ ਉਮੀਦ ਕਰਦੇ ਹੋ ਬਈ ਪੜ੍ਹਿਓ? ਫਿਰ ਜੇ ਤੁਸੀਂ ਮਗਰ ਲੱਗਦੇ ਹੋ ਤਾਂ ਫਿਰ ਬਈ ਤੁਹਾਡਾ ਹੀ, ਸਾਡਾ ਕੀ ਕਸੂਰ ਹੈ? ਹੁਣ ਝਾੜੂ ਆਇਆ ਸੀ, ਤੁਸੀਂ 1,000 ਰੁਪਇਆ ਮੰਗਿਆ ਝਾੜੂ ਤੋਂ? ਨਹੀਂ, ਤੁਹਾਨੂੰ ਕਹਿੰਦਾ ਮੇਰੀ ਗਰੰਟੀ ਹੈ ਮੈਂ ਤੁਹਾਨੂੰ 1,000 ਰੁਪਇਆ ਦੇਊਂਗਾ, ਕਿਹਾ ਕਿ ਨਹੀਂ ਕਿਹਾ? ਕਿਹਾ ਸੀ ਜੀ, ਕਿਹਾ ਸੀ। ਤੇ ਝਾੜੂ ਨੇ 1,000 ਤਾਂ ਕੀ ਦੇਣਾ ਸੀ, ਉਹਨੇ ਤਾਂ ਤੁਹਾਡਾ ਯੱਬ ਪਾਤਾ ਵੀ ਨਰੇਗਾ ਦੀ ਹਾਜ਼ਰੀ ਵੀ ਹੁਣ ਫੋਟੋ ਤੇ ਲੱਗਦੀ ਹੈ, ਬੁੱਢੀਆਂ ਦੀ ਘਰੇ ਬੈਠੀਆਂ ਦੀ ਲੱਗ ਜਾਂਦੀ ਸੀ, ਹੁਣ ਤੋੜ ਤੋੜ ਕੇ ਮਾਰਦੀਆਂ।
ਭੁੱਟੀ ਵਾਲੇ ਰਾਹ ਤੇ ਤਾਂ ਸੁਣ ਲਾ, ਆਸਾ ਬੁੱਟਣ ਵਾਲੇ ਰਾਹ ਤੇ ਤਾਂ ਹਾਜ਼ਰੀ ਲੱਗਦੀ ਹੈ, ਕੰਮ ਮਿਲਦਾ ਹਰਾਜਾਂ ਵਾਲੇ ਰਾਹ ਤੇ ਤੁਰ ਤੁਰ ਕੇ ਮਰ ਗਈਆਂ ਬੁੜੀਆਂ ਤੇ। ਅੱਛਾ ਅੱਗੇ ਮੈਨੂੰ ਇਹ ਦੱਸੋ ਕਿ ਤੇਰਾ ਢਿੱਡ ਦੁਖਦਾ ਸੀ, ਗਰੀਬਾਂ ਨੂੰ 30 ਕਿਲੋ ਕਣਕ ਇਕੱਠੀ ਦੇ ਦਿੰਦੇ ਸੀ, ਹੁਣ 5 ਕਿਲੋ ਆਏ ਮਹੀਨੇ ਯੱਕ ਹੀ ਬਕਾਈ ਜਾਂਦਾ ਗੇਟਾਂ ਤੇ ਡਿਪੂਆਂ ਦੇ ਬਾਹਰ ਖੜੇ। ਇਹ ਗੱਲ ਸੱਚੀ ਹੈ? ਤੂੰ ਇਹ ਕਿਉਂ ਕੀਤਾ ਬਈ ਕੰਮ? ਅਗਲਾ ਵੇਚੇ ਵੱਟੇ ਤੂੰ ਦੇਣੀ ਹੈ ਦੇ ਦੇ, ਪੈਨਸ਼ਨ ਥੋੜੀ 1000 ਰੁਪਇਆ ਅਸੀਂ ਵਧਾਈ, ਬੱਸਾਂ ਦਾ ਕਿਰਾਇਆ ਥੋੜਾ ਅਸੀਂ ਮਾਫ ਕੀਤਾ, 16000 ਕੁੜੀ ਦੇ ਵਿਆਹ ਤੋਂ 51000 ਅਸੀਂ ਕੀਤਾ, 5 ਲੱਖ ਦਾ ਇਲਾਜ ਦਾ ਕਾਰਡ ਥੋੜਾ ਬਣਾਇਆ, ਝਾੜੂ ਵਾਲੇ ਨੇ ਕੀ ਦਿੱਤਾ ਬਈ ਤੁਹਾਨੂੰ? ਝਾੜੂ 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 ਕਰਾਂਗੇ। ਇਹ ਰੋਜ਼ ਲੋਕ ਪਾਰਟੀਆਂ ਬਦਲ ਜਾਂਦੇ, ਇਹ ਤੁਹਾਨੂੰ ਵੇਚ ਦਿੰਦੇ ਅੱਗੇ ਜਾ ਕੇ, ਬੇਵਕੂ ਬਣਾਉਂਦੇ। ਇਹ ਅਕਾਲੀ ਦਲ ਚ ਹੁੰਦਾ ਸੀ ਆਹ ਮੁੰਡਾ, ਹੁਣ ਝਾੜੂ ਚ ਹੋ ਗਿਆ, ਤੇ ਜਿਹੜਾ ਝਾੜੂ ਵਾਲਾ ਸੀ ਉਹ ਫੁੱਲ ਚ ਹੋ ਗਿਆ। ਤੁਹਾਡਾ ਦੀਨ ਮਾਨ ਹੈਗਾ ਆਮ ਗਰੀਬ ਬੰਦੇ ਦਾ? ਤੁਸੀਂ ਕਿਹੜਾ MLA ਦੀ ਟਿਕਟ ਲਈ ਹੈ? ਤੁਸੀਂ ਤਾਂ ਹੈ ਵੀ ਵਰਕਰ ਬੰਦੇ, ਕਿਸੇ ਨਾਲ ਵੀ ਜਾ ਵੜੋ। ਕੋਈ MLA ਟਿਕਟ ਦਿੱਤੀ ਤੈਨੂੰ? ਤੇਰਾ ਮੁੰਡਾ ਲਵਾਇਆ ਕੋਈ? ਤੈਨੂੰ ਬੱਸ ਦਾ ਕੋਈ ਪਰਮਿਟ ਦਿੱਤਾ ਹੈ? 250 ਬੱਸ ਹੈਗੇ ਕੋਈ, ਤੈਨੂੰ ਕੋਈ ਦਿੱਤਾ ਹੋਵੇ ਖਬਰ ਆਇਆ ਹੈ? ਤੇ ਫਿਰ ਉਹੀ ਅਕਾਲੀ ਦਲ ਕਰੀ ਜਾਣਾ। ਆਹ ਗਲੀ ਮੈਂ ਬਣਾਈ, ਆਹ ਲੋਕਟਾਲ ਮੈਂ ਲਾਈ ਹੈ, ਮੇਰੇ ਕਹਿਣ ਦਾ ਮਤਲਬ ਕੀਤਾ ਕੀ? ਥੋੜੇ ਸਕੂਲਾਂ ਦੀ ਮੁਰੰਮਤ ਮੈਂ ਕੀਤੀ, ਬੱਚੇ ਪੜ੍ਹਾਉਣਾ ਸੀ, ਕੋਟੀਆਂ ਮੈਂ ਵੰਡਦਾ ਸੀ, ਐਨਕਾਂ ਰਾਜਾ ਵੜਿੰਗ ਤੇ ਰਾਜੇ ਵੜਿੰਗ ਦੀ ਘਰ ਵਾਲੀ ਵੰਡਦੀ ਸੀ, ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਅਸੀਂ ਕਰਾਉਂਦੇ ਸੀ, ਲੋਕਾਂ ਨੂੰ ਬੂਟਾਂ ਬੱਚਿਆਂ ਦੇ ਬੂਟ ਪਵਾਉਂਦੇ ਸੀ ਸਕੂਲਾਂ ਚ ਆ ਕੇ। ਮੈਨੂੰ ਦੱਸ ਦਿਓ ਕਿਹੜਾ ਲੀਡਰ ਆਇਆ ਕਿਸੇ ਨੇ ਸਿਰ ਦੀ ਜੂ ਨਹੀਂ ਦਿੱਤੀ ਤੁਹਾਨੂੰ? ਦੱਸ ਦਿਓ ਸਾਡੇ ਨਾਲ ਚੰਗਾ, ਅਸੀਂ ਨਹੀਂ ਕਹਿੰਦੇ ਅਸੀਂ ਬਾਹਲੇ ਚੰਗੇ, ਪਰ ਉਹਨਾਂ ਠੱਗਾਂ ਨਾਲੋਂ ਅਸੀਂ ਚੰਗੇ, ਉਹ ਬਾਹਲੇ ਵੱਡੇ ਠੱਗ। ਬਾਕੀ ਤੁਹਾਡੀ ਮਰਜ਼ੀ ਹੈ। ਮੈਂ ਅੰਗਰੇਜ਼ ਸਿੰਘ ਦਾ ਧੰਨਵਾਦ ਕਰਦਾ ਦੁਬਾਰੇ, ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਾਡੇ ਭਰਾ ਦਾ, ਇਹਦੇ ਆਉਣ ਦੇ ਨਾਲ ਸਾਨੂੰ ਹੁਣ ਬਲ ਹੋਰ ਮਿਲੂਗਾ। ਸਾਰਿਆਂ ਦਾ ਧੰਨਵਾਦ। ਹੁਣ 20 ਤਰੀਕ ਨੂੰ ਪੰਜਿਆਂ ਦਾ ਵੱਢਣਾ, ਇੰਨਾ ਨੱਪ ਦਿਓ ਤੇ ਚਿੱਪ ਕੱਢ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।